ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ। ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਵਿਜੀਲੈਂਸ ਬਿਊਰੋ ਵੱਲੋਂ ਦੋ ਵਿਅਕਤੀਆਂ ਨੂੰ ਰਿਸ਼ਵਤ ਲੈਂਦੇ ਕੀਤਾ ਗ੍ਰਿਫਤਾਰ। ਘੱਟ ਗਿਣਤੀ ਕਮਿਸ਼ਨ ਦੇ ਆਗੂ ਤੇ ਹੋਇਆ ਜਾਨਲੇਵਾ ਹਮਲਾ, ਪੁਲਿਸ ਕਰ ਰਹੀ ਹੈ ਜਾਂਚ। ਸ੍ਰੀ ਹਨੂੰਮਾਨ ਚਾਲੀਸਾ ਪਰਿਵਾਰ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤੀ ਸ਼ਿਰਕਤ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਯੂਨਿਟ ਅੰਮ੍ਰਿਤਸਰ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਜੇਈ ਜਗਜੀਤ ਸਿੰਘ ਅਤੇ ਸੇਲਸ ਕਲਰਕ ਸੰਜੀਵ ਕੁਮਾਰ ਨੂੰ ਇੰਦਰਜੀਤ ਸਿੰਘ ਤੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹਾਥੀ ਕਾਬੂ ਕੀਤਾ ਹੈ। ਸੁਰਿੰਦਰ ਸਿੰਘ ਵਾਸੀ ਨਵਾਂਕੋਟ ਅੰਮ੍ਰਿਤਸਰ, ਮੁਲਜ਼ਮ ਸ਼ਿਕਾਇਤਕਰਤਾ ਨੂੰ ਰੇਲਵੇ ਲਿੰਕ ਰੋਡ ਅੰਮ੍ਰਿਤਸਰ ਵਿਖੇ ਇੱਕ ਪਲਾਟ ਦੇ ਮਾਲਕੀ ਸਰਟੀਫਿਕੇਟ ਦਾ NOC ਜਾਰੀ ਕਰਨ ਦੇ ਬਦਲੇ ਪੈਸੇ ਲੈ ਰਹੇ ਸਨ। ਮੁਲਜ਼ਮਾਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਤਹਿਤ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਦੋ ਅਫੀਸ਼ੀਅਲ ਜੀ ਜੇਈ ਜਗਜੀਤ ਸਿੰਘ ਤੇ ਸੇਲ ਕਲਰਕ ਸੰਜੀਵ ਕੁਮਾਰ ਨੂੰ ਅਸੀਂ ਰੈੱਡ ਹੈਂਡਡ ਗ੍ਰਿਫਤਾਰ ਕੀਤਾ 50,000 ਰੁਪਏ ਰਿਸ਼ਵਤ ਲੈਂਦੇ ਹੋਏ। ਸਾਡੇ ਕੋਲ ਇੰਦਰਜੀਤ ਸਿੰਘ ਇੱਕ ਕੰਪਲੇਨਰ ਨੇ ਨਵਾਂਕੋਟ ਦੇ, ਉਹਨਾਂ ਦੇ ਪਲਾਟ ਦੀ ਜਿਹੜੀ ਸੀਗੀ NOC ਦੇਣੀ ਸੀ ਇਹਨਾਂ ਨੇ ਰਿਗਾਰਡਿੰਗ ਦਾ ਟ੍ਰਾਂਸਫਰ ਆਫ ਦੈਟ ਪਲਾਟ, ਅਤੇ ਉਹ NOC ਦੇ ਬਦਲੇ ਉਹਨਾਂ ਦਾ ਪੈਸੇ ਡਿਮਾਂਡ ਕਰ ਰਹੇ ਸੀਗੇ, ਅਤੇ ਇਹਨਾਂ ਨੇ ਪਹਿਲਾਂ ਉਹਨਾਂ ਤੋਂ 1,00,000 ਰੁਪਇਆ ਡਿਮਾਂਡ ਕੀਤਾ, ਬਾਅਦ 50,000 ਰੁਪਏ ਇਹਨਾਂ ਨੇ ਅਸੈਪਟ ਕਰ ਲਿਆ ਉਹਨਾਂ ਤੋਂ। ਉਦੋਂ ਉਸ ਦੌਰਾਨ ਸਾਡੀ ਟੀਮ DSP ਸਾਹਿਬ ਦੇਵਦੱਤ ਅਤੇ ਸਾਡੇ ਸਾਰੀ ਟੀਮ ਨੇ ਜਾ ਕੇ ਇਹਨਾਂ ਨੂੰ ਰੈੱਡ ਹੈਂਡ ਨੈਪ ਕਰ ਲਿਆ ਜੀ। ਓਨਰਸ਼ਿਪ ਜਿਹੜੀ ਟ੍ਰਾਂਸਫਰ ਸੀ, ਰੇਲਵੇ ਲਿੰਕ ਰੋਡ 'ਤੇ ਉਹਨਾਂ ਦਾ ਪਲੋਟ ਸੀਗਾ ਜੀ, ਉਹਦੀ ਓਨਰਸ਼ਿਪ ਟ੍ਰਾਂਸਫਰ ਸੀ, ਉਹਦੀ ਓਨਰਸ਼ਿਪ ਟ੍ਰਾਂਸਫਰ ਜਿਹੜਾ ਸੀ ਇਹ ਬੰਦ ਨਹੀਂ ਹੋਇਆ ਜੀ। ਓਨਰਸ਼ਿਪ ਟ੍ਰਾਂਸਫਰ ਨੂੰ ਲੈ ਕੇ ਇਹਨਾਂ ਨੇ ਪੈਸੇ ਡਿਮਾਂਡ ਕੀਤੇ ਸੀ ਉਹਨਾਂ ਦਾ। ਇੰਦਰਜੀਤ ਸਿੰਘ ਕੰਪਲੇਨਟ ਜਿਹੜੇ ਹੈ ਉਹ ਇੱਕ ਜਿਹੜੀ ਫਰਮ ਹੈਗੀ ਹੈ, ਫਰਮ ਦਾ ਨਾਮ ਤੁਹਾਨੂੰ ਦੱਸ ਦਿੰਦੇ, ਉਹ ਫਰਮ ਲਈ ਕੰਮ ਕਰਦੇ ਆ। ਉਹ ਫਰਮ ਦੇ ਜਿਹੜੇ ਓਨਰ ਸੀਗੇ ਉਹਨਾਂ ਦਾ ਪਲਾਟ ਸੀਗਾ, ਉਹਨਾਂ ਨੇ ਟ੍ਰਾਂਸਫਰ ਕਰਨਾ ਸੀ। ਇੰਦਰਜੀਤ ਸਿੰਘ ਉਹਨਾਂ ਦੇ ਇੰਪਲੋਈ ਨੇ, ਇਹਨਾਂ ਨੂੰ ਭੇਜਿਆ ਕੇ ਗੱਲਬਾਤ ਕਰਨ ਵਾਸਤੇ। ਉਹ ਗੱਲਬਾਤ ਦੇ ਦੌਰਾਨ ਇਹਨਾਂ ਦੀ ਜਿਹੜੀ ਸੀਗੀ ਡੀਲ ਤੈਅ ਹੋ ਗਈ, ਵੀ ਠੀਕ ਹੈ ਜੀ ਅਸੀਂ ਤੁਹਾਨੂੰ ਪੈਸੇ ਦੇ ਦਿਆਂਗੇ, ਅਤੇ 1,00,000 ਰੁਪਇਆ ਡਿਮਾਂਡ ਸੀ, ਬਾਅਦ 'ਚ 50,000 ਰੁਪਏ ਉਹਨਾਂ ਨੇ ਅਸੈਪਟ ਕਰ ਲਿਆ। ਨਹੀਂ, ਰੈੱਡ ਹੈਂਡਡ ਉਹਨਾਂ ਦੇ ਜੇਬ 'ਚੋਂ ਫੜਿਆ ਗਿਆ ਜੀ, ਉਹਨਾਂ ਨੇ ਅਸੈਪਟ ਕੀਤਾ, ਫੜਿਆ ਦੋਵੇਂ ਇਕੱਠੇ ਸੀ ਉਸ ਟਾਈਮ। ਦੇਖੋ ਜੀ, ਵੈਸੇ ਜਿਹੜੀਆਂ ਰਿਪੋਰਟਸ ਅਨਅਫੀਸ਼ੀਅਲ ਸਾਡੇ ਕੋਲ ਹੈਗੀਆਂ ਨੇ ਉਹ ਅਸੀਂ ਲੈਂਦੇ ਰਹਿੰਦੇ ਹਾਂ, ਠੀਕ ਹੈ ਨਾ। ਦੈਟ ਇਜ਼ ਸਾਡੀ ਜਿਹੜੀ ਇਨਸਾਈਡ ਇਨਫੋਰਮੇਸ਼ਨ ਵੀ ਕਿਹੜਾ ਬੰਦਾ ਕੀ ਕਰਦਾ, ਕਿਹੜਾ ਬੰਦਾ ਕੀ ਕਰਦਾ, ਉਹ ਅਸੀਂ ਇੱਕ ਨਿਗਾਹ ਰੱਖਦੇ ਹਾਂ। ਬੀਇੰਗ ਵਿਜੀਲੈਂਸ ਜਿਹੜੀ ਹੈਗੀ ਆ ਸਾਡੀ ਸਾਰੇ ਡਿਪਾਰਟਮੈਂਟਸ 'ਤੇ ਨਿਗਾਹ ਰਹਿੰਦੀ ਹੈ ਵੀ ਕਿੱਥੇ ਕੀ ਹੋ ਰਿਹਾ। ਉਹਦੇ ਰਿਗਾਰਡਿੰਗ ਹੀ ਸਾਨੂੰ ਥੋੜ੍ਹਾ ਜਿਹਾ ਸੀਗਾ ਇਲਮ ਵੀ ਇੱਥੇ ਕੁਛ ਗੜਬੜ ਹੁੰਦੀ ਹੈ, ਬਟ ਉਹ ਸਾਡੇ ਕੋਲ ਕੰਪਲੇਨਟ ਜਦੋਂ ਅਸੀਂ ਉੱਥੇ ਕੁਛ ਜਿਹੜੀ ਆਪਦੀ ਰੈਕੀ ਵਗੈਰਾ ਕਰਨ ਲਈ ਬੰਦੇ ਬੁੰਦੇ ਭੇਜੇ, ਤਾਂ ਇੱਕ ਕੰਪਲੇਨਟ ਉੱਥੇ ਬਾਹਰ ਜਿਹੜਾ ਸੀ ਉਹ ਆ ਗਿਆ ਸਾਡੇ ਕੋਲ, ਇੱਥੇ ਦਫ਼ਤਰ ਆ ਗਿਆ, ਮੇਰੇ ਦਫ਼ਤਰ ਹੀ ਆ ਗਿਆ ਇਨਫੈਕਟ। ਉਹ ਆ ਕੇ ਮੈਨੂੰ ਹੀ ਮਿਲਿਆ, ਉਹ ਕਹਿੰਦਾ ਸਰ ਵੀ ਅਸੀਂ ਇਸ ਤਰ੍ਹਾਂ ਕਰਕੇ ਸਾਨੂੰ ਇਹ ਬਹੁਤ ਜ਼ਿਆਦਾ ਖਰਾਬ ਕਰ ਰਹੇ ਆ, ਵੀ ਸਾਡਾ ਇਹ ਕੰਮ ਆ, ਕੰਮ ਦੇ ਬਦਲੇ ਪੈਸੇ ਮੰਗ ਰਿਹਾ। ਘੱਟ ਗਿਣਤੀ ਕਮਿਸ਼ਨ ਦੇ ਆਗੂ ਸੁਭਾਸ਼ ਥੋਬਾ ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਉਹਨਾਂ ਦੇ ਘਰ ਦੇ ਬਾਹਰ ਕਈ ਸ਼ਰਾਰਤੀ ਅਨਸਰਾਂ ਵੱਲੋਂ ਉਹਨਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ, ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਉੱਥੇ ਹੀ ਇਸ ਮੌਕੇ ਸੁਭਾਸ਼ ਥੋਬਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਕਿਸੇ ਸਮਾਗਮ ਤੋਂ ਵਾਪਸ ਆ ਰਹੇ ਸੀ ਤੇ ਜਿਵੇਂ ਹੀ ਉਹਨਾਂ ਨੇ ਕਾਰ ਤੋਂ ਉਤਰ ਕੇ ਘਰ ਅੰਦਰ ਗਏ ਤਾਂ 15 ਤੋਂ 20 ਅਣਪਛਾਤੇ ਵਿਅਕਤੀਆਂ ਨੇ ਉਹਨਾਂ ਦੀ ਕਾਰ ਤੇ ਪਥਰਾਅ ਕਰ ਦਿੱਤਾ। ਉਹਨਾਂ ਮੰਗ ਕੀਤੀ ਕਿ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਗੈਰੀ ਪੋਟਲੀ ਅਤੇ ਮਸੀਹ ਭਾਈਚਾਰੇ ਦੇ ਆਗੂਆਂ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਇਸ ਹਮਲੇ ਤੋਂ ਬਾਅਦ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇ। ਇਸ ਸੰਬੰਧੀ ਏਡੀਸੀ ਪ੍ਰਭਜੋਤ ਸਿੰਘ ਵਿਰਕ ਨੇ ਆਖਿਆ ਕਿ ਦੋਸ਼ੀ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਕੁਛ ਅਣਪਛਾਤੇ ਬੰਦੇ ਲਗਭਗ ਤਕਰੀਬਨ 20-25 ਬੰਦੇ ਜਿਹੜੇ ਆ ਉਹ ਆਏ, ਜਿਨ੍ਹਾਂ ਦੇ ਵਿੱਚੋਂ ਕੁਛ ਜਣਿਆਂ ਨੇ ਜਿਹੜੇ ਸੀਗੇ ਮੂੰਹ ਬੰਨੇ ਸੀ ਔਰ ਕੁਛ ਬਹੁਤ ਸਾਰੇ ਜਿਹੜੇ ਆ ਉਹਨਾਂ ਨੇ ਹੱਥਾਂ ਦੇ ਵਿੱਚ ਕਿਰਪਾਨਾਂ ਵੀ ਫੜੀਆਂ ਹੋਈਆਂ ਸੀਗੀਆਂ। ਮੈਂ ਆਪਣੇ ਆਫਿਸ ਤੋਂ ਆ ਕੇ ਆਪਣੇ ਡਰਾਇੰਗ ਰੂਮ ਦੇ ਵਿੱਚ ਬੈਠਾ ਸੀਗਾ, ਇਸ ਦੌਰਾਨ ਹੀ ਜਿਹੜਾ ਵਾ ਮੈਨੂੰ ਪਤਾ ਲੱਗਾ ਕਿ ਪਿੱਛੇ ਗੱਡੀ ਦੇ ਜਿਹੜੇ ਆ ਤੋੜ ਕੇ ਜਿਹੜੇ ਆ ਅਣਪਛਾਤੇ ਜਿਹੜੇ ਲੋਕ ਆ ਉਹਨਾਂ ਨੇ ਆ ਕੇ ਜਿਹੜਾ ਹਮਲਾ ਕਰ ਦਿੱਤਾ। ਆਪਣੇ ਨਿਊਜ਼ ਸੋਸ਼ਲ ਮੀਡੀਆ 'ਤੇ ਚਾਹ ਰਿਹਾ ਕਿ ਸੁਭਾਸ਼ ਬੱਬਾ ਜੀ ਦੀ ਗੱਡੀ ਦੇ ਉੱਤੇ ਜਿਹੜੀ ਹੈਗੀ ਆ ਕੁਛ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜਾ ਹੈਗਾ ਹਮਲਾ ਕਰਕੇ ਉਹਨਾਂ ਦਾ ਸ਼ੀਸ਼ਾ ਤੋੜ ਦਿੱਤਾ ਗਿਆ। ਅਸੀਂ ਇਹਦੇ ਵਿੱਚ ਕਲੈਰੀਫਾਈ ਕਰਨਾ ਚਾਹੁੰਦੇ ਹਾਂ ਕਿ ਅਸੀਂ 25 ਨੰਬਰ FIR ਜਿਹੜੀ ਹੈਗੀ ਆ ਅੰਡਰ ਸੈਕਸ਼ਨ 323-24 ਅਤੇ 427-148-49 ਥਾਣਾ ਕੰਟੋਨਮੈਂਟ ਜਿਹੜੀ ਹੈਗੀ ਆ ਦਰਜ ਕਰਕੇ ਜਿਹਦੇ ਵਿੱਚ ਮੁਦਈ ਹੈਗੇ ਨੇ ਸਾਡੇ ਰਾਜਪਾਲ ਅਤੇ ਜਿਹਨਾਂ ਨੇ ਦੋਸ਼ੀ ਜਿਹੜੇ ਹੈਗੇ ਨੇ ਉਹਦੇ ਵਿੱਚ ਹੈਗੇ ਹਰਪਾਲ ਸਿੰਘ, ਭੁਪਿੰਦਰ ਕਰਨ ਅਤੇ ਜੋਬਨ ਦੇ ਖਿਲਾਫ਼ ਦਰਜ ਕਰਵਾਈ ਹੈ ਅਤੇ ਨਾਲ ਹੋਰ 3-4 ਵਿਅਕਤੀ ਅਣਪਛਾਤੇ। ਇਸ ਦੌਰਾਨ ਜਿਹੜੀ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈਗੀ ਹੈ ਕਿ ਜਿਹੜੇ ਰਾਜਪਾਲ ਦਾ ਜਿਹੜਾ ਹੈਗਾ ਇਹਨਾਂ ਦੋਸ਼ੀਆਂ ਦੇ ਨਾਲ ਜਿਹੜਾ ਹੈਗਾ ਕਿਸੇ ਵਿਆਹ 'ਤੇ ਕਿਸੇ ਗੱਲ ਤੋਂ ਲੈ ਕੇ ਝਗੜਾ ਹੋਇਆ ਸੀਗਾ, ਜਿਹਨਾਂ ਨੇ ਮਗਰ ਆ ਕੇ ਇਹਨਾਂ ਦੀ ਘਰ ਦੇ ਲਾਗੇ ਜਿਹੜੀ ਲੜਾਈ ਕੀਤੀ ਹੈਗੀ ਹੈ, ਜਿਸ ਲੜਾਈ ਦੌਰਾਨ ਹੀ ਜਿਹੜਾ ਹੈਗਾ ਇਹ ਆਪਣੇ ਸੁਭਾਸ਼ ਥੋਬਾ ਜੀ ਜਿਹੜੇ ਹੈਗੇ ਨੇ ਮਨੋਰਟੀ ਕਮਿਸ਼ਨ ਦੇ ਇਹਨਾਂ ਦੀ ਜਿਹੜੀ ਗੱਡੀ ਦੇ ਲਾਗੇ ਖੜੀ ਦਾ ਸ਼ੀਸ਼ਾ ਟੁੱਟ ਗਿਆ ਕਿਉਂਕਿ ਉਹ ਪੱਥਰਬਾਜ਼ੀ ਜਿਹੜੀ ਹੋਈ ਹੈ ਉਹਦੇ ਵਿੱਚ ਉਹਨਾਂ ਦਾ ਸ਼ੀਸ਼ਾ ਟੁੱਟ ਗਿਆ। ਇਸ ਸੰਬੰਧ ਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਗੱਡੀ ਰਿਕਵਰ ਕਰ ਲਈ ਹੈ, FIR ਦਰਜ ਕਰਕੇ ਬਾਕੀ ਦੋਸ਼ੀਆਂ ਦੇ ਖਿਲਾਫ਼ ਰੇਡ ਕੀਤੇ ਜਾ ਰਹੇ ਹੈਗੇ ਨੇ। ਸ਼੍ਰੀ ਹਨੂੰਮਾਨ ਚਾਲੀਸਾ ਪਰਿਵਾਰ ਵੱਲੋਂ ਸ਼੍ਰੀ ਬੜਾ ਹਨੂੰਮਾਨ ਮੰਦਿਰ ਦੇ ਸਲਾਨਾ ਮੇਲੇ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਹਾਲ ਗੇਟ ਤੋਂ ਸ਼ੁਰੂ ਹੋ ਕੇ ਸੁਭਾਸ਼ ਜੂਸ ਬਾਰ ਤੋਂ ਹੁੰਦਿਆਂ ਹੋਇਆਂ ਸ਼੍ਰੀ ਬੜਾ ਹਨੂੰਮਾਨ ਮੰਦਿਰ ਵਿਖੇ ਸਮਾਪਤ ਹੋਈ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਿਸ਼ੇਸ਼ ਹਾਜ਼ਰੀ ਭਰੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਕੌਂਸਲਰ ਵਿਕਾਸ ਸੋਨੀ, ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ, ਡਾਕਟਰ ਰਾਕੇਸ਼ ਸ਼ਰਮਾ, ਪਵਨ ਕੁੰਦਰਾ, ਸ਼੍ਰੀ ਹਨੂੰਮਾਨ ਚਾਲੀਸਾ ਦੇ ਮੁੱਖ ਸੇਵਾਦਾਰ ਸੂਰਜ ਬੱਬਰ, ਮੋਹਿਤ ਬੱਬਰ, ਅੰਸ਼ੁਲ, ਅਭਿਸ਼ੇਕ ਤਨੇਜਾ, ਵਿੱਕੀ, ਸਨੀ, ਅਨਿਲ, ਅਮਿਤ ਬੱਬਰ, ਮਾਧਵ ਕੁਮਾਰ ਆਦਿ ਹਾਜ਼ਰ ਸਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੋਭਾ ਯਾਤਰਾ ਜਿਹੜੀ ਹੈ ਹਾਲ ਗੇਟ ਤੋਂ ਰਵਾਨਾ ਕੀਤੀ ਜਾ ਰਹੀ ਹੈ, ਜਿਹੜੀ ਸਾਰੇ ਬਾਜ਼ਾਰਾਂ 'ਚ ਹੁੰਦੀ ਹੋਈ ਫਿਰ ਇੱਥੇ ਸਮਾਪਤ ਹੋਣੀ ਹੈ। ਸੋ ਮੈਂ ਸਮਝਦਾ ਇੰਨੀ ਸ਼ੀਰਵਾਦ ਸਾਰੀਆਂ ਸੰਤਾਂ ਦੇ ਭਗਵਾਨ ਹਨੂੰਮਾਨ ਜੀ ਦੀ ਹੈ, ਇੱਕ ਸ਼ਕਤੀ ਹੈ। ਸੋ ਹਨੂੰਮਾਨ ਚਾਲੀਸਾ ਪਰਿਵਾਰ ਜਿਹੜਾ ਹਰ ਸਾਲ ਹੀ ਸ਼ੋਭਾ ਯਾਤਰਾ ਕੱਢਦਾ, ਸਾਲ 'ਚ ਬਹੁਤ ਵੱਡੇ ਫੰਕਸ਼ਨ ਸ਼ਹਿਰ 'ਚ ਕਰਵਾਏ ਜਾਂਦੇ ਨੇ ਇਸ ਪਰਿਵਾਰ ਵੱਲੋਂ। ਸੋ ਅੱਜ ਦੇ ਦਿਨ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ। ਥਾਣਾ ਕੈਂਟੋਨਮੈਂਟ ਦੇ ਖੇਤਰ ਗਵਾਲ ਮੰਡੀ ਵਿਖੇ ਚੱਲੀ ਗੋਲੀ ਦੇ ਸੰਬੰਧ ਵਿੱਚ ADCP ਪ੍ਰਭਜੋਤ ਸਿੰਘ ਵਿਰਕ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕੀਤੀ ਗਈ। ਗਵਾਲ ਮੰਡੀ ਦੇ ਵਿੱਚ ਗੋਲੀ ਦਾ ਇੰਸੀਡੈਂਟ ਹੋਇਆ ਉਸਦੇ ਸੰਬੰਧ ਵਿੱਚ ਦੇ ਰਹੇ ਹਾਂ। ਇਸ ਸੰਬੰਧ ਵਿੱਚ ਅਸੀਂ FIR ਨੰਬਰ 26 ਜਿਹੜੀ ਹੈਗੀ ਹੈ ਅੰਡਰ ਸੈਕਸ਼ਨ 307-323-148-49 ਅਤੇ 25-27 ਆਮ ਜੈਕਟ ਦੇ ਥੱਲੇ ਜਿਹੜੀ ਹੈਗੀ ਹੈ ਦਰਜ ਕੀਤਾ ਗਿਆ। ਇਹਦੇ ਵਿੱਚ ਜਿਹੜੇ ਇੰਜਰਡ ਹੈਗੇ ਨੇ ਸਾਜਨ ਕੁਮਾਰ, ਉਹਨਾਂ ਦੇ ਫਾਦਰ ਓਮ ਪ੍ਰਕਾਸ਼ ਵੱਲੋਂ ਜਿਹੜੀ ਹੈ ਕੰਪਲੇਨੈਂਟ ਵੱਲੋਂ ਜਿਹੜੀ ਹੈਗੀ ਹੈ ਸਟੇਟਮੈਂਟ ਦੇ ਆਧਾਰ 'ਤੇ FIR ਦਰਜ ਕੀਤੀ ਗਈ, ਜਿਹਦੇ ਵਿੱਚ 4 ਵਿਅਕਤੀਆਂ ਦੇ ਖਿਲਾਫ਼ ਅਸੀਂ ਜਿਹੜਾ ਹੈਗਾ ਮੁਕੱਦਮਾ ਦਰਜ ਕੀਤਾ ਔਰ ਪੁਲਿਸ ਨੇ ਬੜੀ
ਜਲਦੀ ਕਾਰਵਾਈ ਕਰਦੇ ਹੋਏ ਰੇਡ ਕਰਦੇ ਹੋਏ ਇਹਨਾਂ ਵਿੱਚੋਂ ਇੱਕ ਦੋਸ਼ੀ ਜਿਹੜਾ ਹੈਗਾ ਸੰਨੀ ਨਾਮ ਦਾ ਜਿਹੜਾ ਅਸੀਂ ਗ੍ਰਿਫਤਾਰ ਕਰ ਲਿਆ ਅਤੇ ਬਾਕੀ ਤਫਤੀਸ਼ ਜਾਰੀ ਹੈ। ਇਸ ਦੇ ਵਿੱਚ ਵਜ੍ਹਾ ਰੰਜਿਸ਼ ਜਿਹੜੀ ਗੋਲੀ ਚੱਲਣ ਦੀ ਇਹ ਹੈਗੀ ਹੈ ਕਿ ਇੰਜਰਡ ਬੰਦੇ ਦਾ ਜਿਹੜਾ ਹੈਗਾ ਕਾਰ ਵਾਸ਼ਿੰਗ ਸਟੇਸ਼ਨ ਹੈ ਅਤੇ ਨਾਲ ਦੂਸਰਿਆਂ ਦਾ ਦਫ਼ਤਰ ਹੈ, ਗੱਡੀ ਲਾਉਣ ਤੋਂ ਜਿਹੜਾ ਝਗੜਾ ਹੋਇਆ ਜਿਸ ਕਰਕੇ ਤੂੰ ਮੈਂ ਦੇ ਵਿੱਚ ਗਰਮਾ ਗਰਮੀ ਦੇ ਵਿੱਚ ਜਿਹੜੀ ਹੈ ਗੋਲੀ ਚੱਲੀ ਹੈ ਔਰ ਗੋਲੀ ਜਿਹੜੀ ਹੈਗੀ ਆ ਆਪਣੇ ਸਾਜਨ ਦੇ ਜਿਹੜੀ ਹੈਗੀ ਆ ਅਪਰ ਪਾਰਟ ਆਫ ਥਾਈ ਦੇ ਵਿੱਚ ਲੱਗੀ ਹੈ, ਜਿਹੜਾ ਇਸ ਟਾਈਮ ਜ਼ੇਰੇ ਇਲਾਜ ਜਿਹੜਾ ਹੈਗਾ ਅਮਨਦੀਪ ਹੋਸਪਿਟਲ ਦੇ ਵਿੱਚ ਹੈਗਾ। ਅਤੇ ਇਸ ਸੰਬੰਧ ਵਿੱਚ ਜਿਹੜੇ ਆ ਤਫਤੀਸ਼ ਕੀਤੀ ਜਾ ਰਹੀ ਹੈ, ਜਲਦੀ ਦੋਸ਼ੀ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬੋਕਸ ਚੁੱਕ ਕੇ ਦੂਸਰੀ ਕੰਪਨੀ ਦੇ ਬੋਕਸ ਲਗਾ ਰਹੇ ਹਨ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਅਤੇ ਝੂਠ ਬੋਲ ਕੇ ਫਾਸਟਵੇ ਦਾ ਬੋਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ। ਸ਼੍ਰੀ ਹਨੂੰਮਾਨ ਚਾਲੀਸਾ ਪਰਿਵਾਰ ਵੱਲੋਂ ਸ਼੍ਰੀ ਬੜਾ ਹਨੂੰਮਾਨ ਮੰਦਿਰ ਦੇ ਸਾਲਾਨਾ ਮੇਲੇ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਹਾਲਗੇਟ ਤੋਂ ਸ਼ੁਰੂ ਹੋ ਕੇ ਸੁਭਾਸ਼ ਜੂਸ ਬਾਰ ਤੋਂ ਹੁੰਦੇ ਹੋਇਆਂ ਸ਼੍ਰੀ ਬੜਾ ਹਨੂੰਮਾਨ ਮੰਦਿਰ ਵਿਖੇ ਸਮਾਪਤ ਹੋਈ। ਇਸ ਮੌਕੇ ਸਾਂਸਦ ਗੁਰਜੀਤ ਸਿੰਘ ਔਜਲਾ, ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਲਕਸ਼ਮੀਕਾਂਤ ਚਾਵਲਾ, ਡਾਕਟਰ ਰਾਕੇਸ਼ ਸ਼ਰਮਾ, ਪਵਨ ਕੁੰਦਰਾ, ਸ਼੍ਰੀ ਹਨੂੰਮਾਨ ਚਾਲੀਸਾ ਦੇ ਮੁੱਖ ਸੇਵਾਦਾਰ ਸੂਰਜ ਬੱਬਰ, ਮੋਹਿਤ ਬੱਬਰ, ਅੰਸ਼ੁਲ, ਅਭਿਸ਼ੇਕ ਤਨੇਜਾ, ਵਿੱਕੀ, ਸਨੀ, ਅਨਿਲ, ਅਮਿਤ ਬੱਬਰ, ਮਾਧਵ ਕੁਮਾਰ ਆਦਿ ਹਾਜ਼ਰ ਸਨ। ਅੱਜ ਅਸੀਂ ਹਨੂੰਮਾਨ ਚਾਲੀਸਾ ਪਰਿਵਾਰ ਜਿਹੜਾ ਕਿ ਹਮੇਸ਼ਾ ਹੀ ਪ੍ਰਭੂ ਹਨੂੰਮਾਨ ਜੀ ਦੇ ਯਾਦ ਦੇ ਵਿੱਚ ਪ੍ਰੋਗਰਾਮ ਕਰਦੇ ਵੀ ਰਹਿੰਦੇ ਨੇ ਔਰ ਯਾਤਰਾ ਵੀ ਚੱਲਦੀਆਂ ਰਹਿੰਦੀਆਂ ਨੇ। ਸੋ ਅੱਜ ਹਾਲਗੇਟ ਵਿਖੇ ਉਹਨਾਂ ਵੱਲੋਂ ਯਾਤਰਾ ਕੱਢੀ ਜਾ ਰਹੀ ਹੈ ਔਰ ਮੈਂ ਵੀ ਬਤੌਰੇ ਸ਼ਰਧਾਲੂ ਉਹਦੇ 'ਚ ਸ਼ਿਰਕਤ ਕੀਤਾ ਹੈ ਔਰ ਹਨੂੰਮਾਨ ਜੀ ਦਾ ਆਸ਼ੀਰਵਾਦ ਲੈਣ ਅਸੀਂ ਪਹੁੰਚੇ ਹਾਂ ਔਰ ਪਰਮਾਤਮਾ ਦੇ ਚਰਨਾਂ 'ਚ ਇਹੀ ਅਰਦਾਸ ਹੈ ਕਿ ਸਭਨਾਂ ਦੇ ਸੁੱਖ ਸ਼ਾਂਤੀ ਰਹੇ। ਔਰ ਜੋ ਦੇਸ਼ ਕੀ ਨਈ ਪੀੜ੍ਹੀ ਹੈ, ਪੰਜਾਬੀ ਨਈ ਪੀੜ੍ਹੀ ਹੈ, ਉਹ ਨਸ਼ੇ ਮੇਂ ਨਾ ਜਾਏ, ਈਸ਼ਵਰ ਦੇ ਕੰਮ ਮੇਂ ਲਗੇ, ਗਰੀਬ ਕੀ ਸੇਵਾ ਮੇਂ ਲਗੇ। ਇਸਕੇ ਲੀਏ ਹਨੂੰਮਾਨ ਚਾਲੀਸਾ ਪਰਿਵਾਰ ਕਾ ਬਹੁਤ ਬੜਾ ਯੋਗਦਾਨ ਹੈ। ਮੈਂ ਇਨਕੋ ਵਧਾਈ ਦੇਤੀ ਹੂੰ, ਈਸ਼ਵਰ ਇਨਕੋ ਔਰ ਸ਼ਕਤੀ ਦੇ, ਯੇ ਨਾਮ ਦਾਨ ਵੀ ਦੇ ਔਰ ਗਰੀਬੋ ਕੇ ਲੀਏ ਵੀ ਦਾਨ ਦੇ। ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਨੂੰ ਯੋਧਿਆ ਬਣਾ ਤਾ, ਇਸ ਸਾਲ ਖਾਸ ਕਰਕੇ ਕਿਉਂਕਿ ਭਗਵਾਨ ਰਾਮ ਜੀ ਦਾ ਮੰਦਰ ਜਿਹੜਾ 500 ਸਾਲ ਬਾਅਦ ਬਣਿਆ, ਉਸ ਸਰਪੰਚ ਵੀ ਅਗਤੀ ਇਹਨਾਂ ਨੇ ਪ੍ਰੋਗਰਾਮਾਂ ਨੂੰ ਬੜੇ ਵੱਡੇ ਸਤਰ ਤੇ ਕੀਤਾ। ਪਿਛਲੇ ਹਫਤੇ ਹਵਨ ਕੀਤੇ ਗਏ, ਕੱਲ ਚਾਰਾਂ ਜਗ੍ਹਾ ਜੋਤਾਂ ਆਈਆਂ ਤੇ ਰਾਤ ਸੰਕੀਰਤਨ ਹੋਇਆ। ਅੱਜ ਸ਼੍ਰੀ ਹਨੂੰਮਾਨ ਚਾਲੀਸਾ ਪਰਿਵਾਰ ਹਰ ਸਾਲ ਦੀ ਤਰ੍ਹਾਂ 7ਵਾਂ ਸਾਲਾਨਾ ਮੇਲਾ ਮਨਾ ਰਿਹਾ, ਜਿਸ ਦੇ ਉਪਲਕਸ਼ ਵਿੱਚ ਅੱਜ ਭਵਿਆ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਜਿਹੜੀ ਹਾਲਗੇਟ ਤੋਂ ਸਟਾਰਟ ਹੋ ਰਹੀ ਹੈ। ਤੇ ਇਹ ਜਿਹੜਾ ਆਸ਼ੀਰਵਾਦ ਹੈ ਸ਼੍ਰੀ ਬਾਲਾ ਜੀ ਮਹਾਰਾਜ ਵੱਲੋਂ ਦੁਰਗਿਆਨਾ ਤੀਰਥ ਦੀ ਮਿਹਨਤ ਦੇ ਨਾਲ ਤੇ ਸ਼੍ਰੀ ਹਨੂੰਮਾਨ ਚਾਲੀਸਾ ਪਰਿਵਾਰ ਦੇ ਇੱਕ ਇੱਕ ਜੋ ਸਦੱਸਿਆ ਹੈ ਇਹਨਾਂ ਨੇ ਰਾਤ ਦਿਨ ਇੱਕ ਕੀਤਾ ਇਸ ਕੇ ਲਈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੁਲਿਸ ਕਰਮਚਾਰੀ ਅਧੂਰੀ ਵਰਦੀ ਵਿੱਚ ਦਿਖਾਈ ਦੇ ਰਿਹਾ ਅਤੇ ਪਬਲਿਕ ਨਾਲ ਡੀਲਿੰਗ ਕਰ ਰਿਹਾ। ਇਸ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਪੁਲਿਸ ਕਰਮਚਾਰੀ ਦਾ ਨਾਮ ਸਬ ਇੰਸਪੈਕਟਰ ਸਰਵਨ ਸਿੰਘ ਹੈ ਅਤੇ ਇਹ ਥਾਣਾ ਏ ਡਿਵੀਜ਼ਨ ਅੰਮ੍ਰਿਤਸਰ ਵਿਖੇ ਤੈਨਾਤ ਹੈ। ਉਹ ਉਸ ਦਿਨ ਇੱਕ ਡਿਊਟੀ 'ਤੇ ਸੀ ਅਤੇ ਅਧੂਰੀ ਵਰਦੀ ਵਿੱਚ ਹੀ ਇੱਕ ਫਰਿਆਦੀ ਦੀ ਸ਼ਿਕਾਇਤ ਨੂੰ ਸੁਣ ਰਿਹਾ ਸੀ। ਉਹਨਾਂ ਦੇ ਇਸ ਵਿਵਹਾਰ ਕਾਰਨ ਪੁਲਿਸ ਦਾ ਅਕਸ਼ ਖਰਾਬ ਹੋ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਸਬ ਇੰਸਪੈਕਟਰ ਸਰਵਨ ਸਿੰਘ ਨੂੰ ਸਸਪੈਂਡ ਕਰਕੇ ਇਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਅੱਜ ਇੱਕ ਸੋਸ਼ਲ ਮੀਡੀਆ ਦੇ ਵਿੱਚ ਖਬਰ ਫੈਲੀ ਸੀਗੀ ਜਿਹਦੇ ਵਿੱਚ ਕਿ ਐਸ ਆਈ ਸਰਵਨ ਸਿੰਘ ਜੋ ਕਿ ਇਹ ਡਿਵੀਜ਼ਨ ਵਿੱਚ ਤੈਨਾਤ ਨੇ ਉਹ ਬਿਨਾਂ ਆਪਣੀ ਵਰਦੀ ਤੋਂ ਸਿਵਲ ਪਾਚਾ ਜਿਹਦੇ ਵਿੱਚ ਕਿ ਬਨੈਨ ਪਾਈ ਹੋਈ ਸੀਗੀ ਜਿਹੜੀ ਕਿ ਨਿੰਦਣਯੋਗ ਗੱਲ ਹੈਗੀ ਹੈ, ਉਹਦੇ ਖਿਲਾਫ ਆਪਾਂ ਮਹਿਕਮਾ ਨਾਲ ਕਾਰਵਾਈ ਉਹਨਾਂ ਨੂੰ ਸਸਪੈਂਡ ਕਰਨ ਦੀ ਤਜਵੀਜ਼ ਰੱਖੀ। ਕੁਝ ਸਮਾਂ ਪਹਿਲਾਂ ਅਸੀਂ ਅੰਮ੍ਰਿਤਸਰ ਦਾ ASI ਹਸਪਤਾਲ ਕਵਰ ਕੀਤਾ ਸੀ।
ਜਿੱਥੇ ਰੇਨ ਹਾਰਵੈਸਟਿੰਗ ਤੋਂ ਅੰਡਰਗਰਾਊਂਡ ਸਟੋਰੇਜ ਦਾ ਪਲਾਂਟ ਸ਼ੁਰੂ ਕੀਤਾ ਜਾਣਾ ਸੀ, ਪਰ ਹੁਣ ਤੱਕ ਉਹ ਪਲਾਂਟ ਸ਼ੁਰੂ ਨਹੀਂ ਕੀਤਾ ਗਿਆ ਅਤੇ ਸਾਡੀ ਟੀਮ ਨਾਲ ਇਸ ਬਾਰੇ ਗੱਲ ਕਰਨ ਵਾਲਾ ਕੋਈ ਨਹੀਂ ਸੀ। ਜ਼ਿਕਰਯੋਗ ਹੈ ਕਿ ਇਸ ਪਲਾਂਟ ਨਾਲ ਹਸਪਤਾਲ ਦੇ ਪਾਣੀ ਦੀ ਸਪਲਾਈ ਹੋਣੀ ਅਤੇ ਅੱਗ ਲੱਗਣ ਵੇਲੇ ਵੱਡੀਆਂ ਪਾਈਪਾਂ ਰਾਹੀਂ ਪ੍ਰਭਾਵਿਤ ਸਥਾਨ ਨੂੰ ਪਾਣੀ ਪਹੁੰਚਣਾ ਸੀ। ਦੇਰੀ ਦਾ ਕਾਰਨ ਸਾਨੂੰ ਪਤਾ ਨਹੀਂ ਲੱਗ ਸਕਿਆ ਕਿਉਂਕਿ ਡਿਪਟੀ ਡਾਇਰੈਕਟਰ ਕਮ ਮੈਡੀਕਲ ਸੁਪਰਿੰਟੈਂਡੈਂਟ ਕਿਰਨਦੀਪ ਕੌਰ ਵੱਲੋਂ ਪ੍ਰੋਪਰ ਜਵਾਬ ਨਹੀਂ ਦਿੱਤਾ ਜਾ ਸਕਿਆ ਕਿਉਂਕਿ ਉਹਨਾਂ ਨੂੰ ਇਹ ਕੰਮ ਹੈਂਡਓਵਰ ਨਹੀਂ ਕੀਤਾ ਗਿਆ। ਅਸੀਂ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਦਫ਼ਤਰੀ ਕੰਮਾਂ ਵਿੱਚ ਦੇਰੀ ਦਾ ਖਮਿਆਜ਼ਾ ਆਮ ਜਨਤਾ ਕਿਉਂ ਭੁਗਤੇ, ਖਾਸ ਤੌਰ 'ਤੇ ਹਸਪਤਾਲ ਵਿੱਚ ਮਰੀਜ਼। ਅਸੀਂ ਇਸ ਵੇਲੇ ਖੜ੍ਹੇ ਹਾਂ ESI ਹੋਸਪਿਟਲ ਦੇ ਕੰਪਾਊਂਡ ਦੇ ਵਿੱਚ, ਜਿੱਥੇ ਕਿ ਮੇਰੇ ਮਗਰ ਤੁਸੀਂ ਵੇਖ ਰਹੇ ਹੋ ਰੇਨ ਵਾਟਰ ਹਾਰਵੈਸਟਿੰਗ ਦਾ ਇੱਕ ਇਹਨਾਂ ਨੇ ਪਲਾਂਟ ਸ਼ੁਰੂ ਕਰਨਾ ਸੀ। ਅਸੀਂ ਜਦੋਂ ਇਹ ਸ਼ੁਰੂ ਹੋਇਆ ਸੀ ਸਾਲ ਪਹਿਲਾਂ, ਉਹ ਕੰਸਟਰਕਸ਼ਨ ਕਵਰ ਕੀਤੀ, ਉਹ ਪਾਈਪਲਾਈਨ ਸਾਰੀ ਕਵਰ ਕੀਤੀ ਔਰ ਅੱਜ ਵੀ ਉਹ ਉਸੇ ਹਾਲਾਤਾਂ ਵਿੱਚ ਹੈ। ਇਹ ਪ੍ਰੋਜੈਕਟ ਸਟਾਰਟ ਹੀ ਨਹੀਂ ਹੋ ਸਕਿਆ ਜਦਕਿ ਹੋਸਪਿਟਲ ਦੇ ਵਿੱਚ ਇਨ ਕੇਸ ਆਫ ਫਾਇਰ ਜਾਂ ਉਹਨਾਂ ਦੇ ਆਪਣੀ ਜਿਹੜੀ ਵਾਟਰ ਰਿਕੁਆਇਰਮੈਂਟ ਸੀਗੀਆਂ ਉਹ ਪੂਰਾ ਕਰਨਾ ਸੀ ਇਸ ਪਲਾਂਟ ਨੇ। ਪੈਸਾ ਤਾਂ ਲੱਗਾ, ਸੈਂਟਰ ਗਵਰਨਮੈਂਟ ਦਾ ਲੱਗਾ ਜਾਂ ਸਟੇਟ ਗਵਰਨਮੈਂਟ ਦਾ ਲੱਗਾ, ਲੇਕਿਨ ਪੈਸਾ ਲੱਗਦਾ ਉਸ ਵਾਸਤੇ ਹੈ ਕਿ ਵੀ ਲੋਕਾਂ ਦੇ ਕੰਮ ਆਏ, ਲੇਕਿਨ ਇਹ ਪੈਸਾ ਲੱਗਾ ਜਿਹੜਾ ਉਹ ਵਿਅਰਥ ਜਾ ਰਿਹਾ ਹੈ। ਅਸੀਂ ਪੁੱਛਣਾ ਚਾਹਾਂਗੇ ਡਿਪਾਰਟਮੈਂਟ ਤੋਂ ਔਰ ਹੈੱਡ ਆਫ ਦਾ ਡਿਪਾਰਟਮੈਂਟ ਇੱਥੇ ਜਿਹੜੇ ਹੈਗੇ ਨੇ ਕਿ ਇਹ ਪ੍ਰੋਜੈਕਟ ਵਿੱਚ ਡਿਲੇ ਕਿਸ ਕਾਰਨ ਹੋਇਆ। ਕੈਮਰਾ ਪਰਸਨ ਵਿਜੇ ਨਾਲ ਜੈਪੀ ਸਿੰਘ, ਫਾਸਟ ਨਿਊਜ਼, ਅੰਮ੍ਰਿਤਸਰ। ACP ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਥਾਣਾ ਗੇਟ ਹਕੀਮਾ ਦੇ ਖੇਤਰ ਵਿੱਚ ਕੁਝ ਲੋਕ ਹਵਾਈ ਫਾਇਰ ਕਰ ਰਹੇ ਹਨ, ਉਸ ਤੇ ਕਾਰਵਾਈ ਕਰਦਿਆਂ ਉਹਨਾਂ ਨੇ ਦੋਸ਼ੀਆਂ ਨੂੰ ਕਾਬੂ ਕਰਕੇ ਹਥਿਆਰ ਜ਼ਬਤ ਕਰ ਲਏ ਹਨ। ਇਨਫੋਰਮੇਸ਼ਨ ਆਈ ਸੀ ਥਾਣੇ ਗੇਟ ਹਕੀਮਾ ਕਿ ਚਬਾਰ ਰੋਡ ਦੇ ਉੱਤੇ ਇੰਦਰਾ ਕਲੋਨੀ ਪੈਂਦੀ ਹੈ, ਜਿੱਥੇ ਕੁਝ ਵਿਅਕਤੀ ਜਿਹੜੇ ਆ ਹਵਾਈ ਫਾਇਰ ਕਰ ਰਹੇ ਨੇ। ਜਿੱਥੇ ਤੁਰੰਤ SHO ਗੇਟ ਹਕੀਮਾ ਨੇ ਨਸਮੇਤ ਪੁਲਿਸ ਪਾਰਟੀ ਕਾਰਵਾਈ ਕਰਦਿਆਂ ਤੁਰੰਤ ਜਾ ਕੇ ਮੌਕਾ ਦੇ ਉੱਤੇ 5 ਵਿਅਕਤੀਆਂ ਨੂੰ ਕਾਬੂ ਕੀਤਾ ਆ, ਜਿਹਦੇ ਵਿੱਚ ਇੱਕ ਸ਼ੇਖਰ ਸਿੰਘ ਸ਼ੇਰਾ ਨਾਂ ਦਾ ਵਿਅਕਤੀ ਆ ਜਿਹਦਾ ਇਹ ਘਰ ਆ ਇੱਥੇ ਇੰਦਰਾ ਕਲੋਨੀ ਦੇ ਵਿੱਚ ਚਬਾਰ ਰੋਡ ਦੇ ਉੱਤੇ, ਔਰ ਇਹਦੇ ਘਰ ਕੋਈ ਫੰਕਸ਼ਨ ਸੀ। ਫੰਕਸ਼ਨ ਦੇ ਉੱਤੇ ਇਹਨਾਂ ਨੇ ਹਵਾਈ ਫਾਇਰ ਕੀਤੇ ਔਰ ਜਿਹਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ। ਉਹ ਤੁਰੰਤ ਕਾਰਵਾਈ ਕਰਦੇ ਆ, ਇਹਨਾਂ 5 ਵਿਅਕਤੀਆਂ ਨੂੰ ਅਸੀਂ ਕਾਬੂ ਕਰ ਲਿਆ ਔਰ ਇਹਨਾਂ ਕੋਲੋਂ 4 ਲਾਇਸੈਂਸਡ ਵੈਪਨ ਜਿਹੜੇ ਆ ਉਹ ਰਿਕਵਰ ਕੀਤੇ ਨੇ। ਇੱਕ 315 ਬੋਰ ਦੀ ਰਾਈਫਲ ਆ, ਇੱਕ 12 ਬੋਰ ਦੀ ਰਾਈਫਲ ਆ, ਇੱਕ 32 ਬੋਰ ਦਾ ਪਿਸਟਲ ਔਰ 32 ਬੋਰ ਦਾ ਰਿਵਾਲਵਰ ਨੇ। ਇਹਨਾਂ ਦੇ ਨਾਲ ਰੌਂਦ ਵੀ ਰਿਕਵਰ ਕੀਤੇ ਗਏ ਆ ਔਰ ਇਹਨਾਂ ਦੇ ਖਿਲਾਫ਼ ਜਿਹੜਾ ਵਾ ਥਾਣੇ ਗੇਟ ਕੀਮਾ 'ਚ ਅੰਡਰ ਸੈਕਸ਼ਨ 336, 148, 149 IPC ਔਰ 25-47 ਨਾਲ ਆਰਮਸ ਐਕਟ ਦੇ ਵਿੱਚ ਮੁਕੱਦਮਾ ਦਰਜ ਕੀਤਾ ਜਾ ਰਿਹਾ ਔਰ ਇਹਨਾਂ ਦੇ ਜਿਹੜੇ ਲਾਇਸੈਂਸਡ ਵੈਪਨ ਨੇ ਉਹ ਤੁਰੰਤ ਲਿਹਾਜ਼ ਤੋਂ ਕੈਂਸਲ ਕਰਨ ਲਈ ਲੈ ਕੇ ਭੇਜਿਆ ਜਾ ਰਿਹਾ। ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਰੰਗਲਾ ਪੰਜਾਬ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਅੰਮ੍ਰਿਤਸਰ ਹੈਰੀਟੇਜ ਸਟਰੀਟ ਵਿਖੇ ਆਰਟਿਸਟਾਂ ਵੱਲੋਂ ਲੋਕਾਂ ਦੀਆਂ ਤਸਵੀਰਾਂ ਬਣਾਈਆਂ ਜਾ ਰਹੀਆਂ ਹਨ। ਗੱਲਬਾਤ ਕਰਦਿਆਂ ਹੋਇਆਂ ਕਲਾਕਾਰਾਂ ਨੇ ਆਖਿਆ ਕਿ ਇਸ ਪ੍ਰੋਗਰਾਮ ਤਹਿਤ ਉਹਨਾਂ ਦੇ ਹੁਨਰ ਨੂੰ ਲੋਕ ਦੇਖ ਰਹੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੱਤਾ ਕਿ ਉਹ ਆਪਣੇ ਪੰਜਾਬ ਵਿੱਚ ਰਹਿ ਕੇ ਹੀ ਆਪਣੇ ਹੁਨਰ ਨੂੰ ਅੱਗੇ ਲੈ ਕੇ ਜਾਣ। ਇੱਕ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਰੰਗਲਾ ਪੰਜਾਬ ਦੇ ਵਿੱਚ ਹੈਗਾ ਵਾ ਔਰ ਇਹ ਬਹੁਤ ਜ਼ਰੂਰੀ ਵੀ ਸੀ ਕਿਉਂਕਿ ਸਾਡਾ ਜਿਹੜਾ ਪੰਜਾਬ ਆ ਇੱਕ ਬਹੁਤ ਹੀ ਸੁੱਚਾ ਇੱਕ ਪੰਜਾਬ ਆ ਜਿਹਦੇ ਵਿੱਚ ਰੰਗਲਾ ਸਾਰਾ ਕੁਝ ਚੱਲਦਾ ਔਰ ਅੱਜ ਇਸ ਉਪਰਾਲੇ ਦੇ ਨਾਲ ਸਾਡੀ ਆਮ ਦੁਨੀਆ ਔਰ ਪੂਰੀ ਵਰਲਡ ਦੇ ਵਿੱਚ ਇਹ ਇੱਕ ਮੈਸੇਜ ਆ ਰਿਹਾ ਕਿ ਜਿਹੜਾ ਰੰਗਲਾ ਪੰਜਾਬ ਹਮੇਸ਼ਾ ਰੰਗਲਾ ਸੀ ਔਰ ਰੰਗਲਾ ਹੀ ਰਹੇਗਾ। ਮੇਰੇ ਕੋਲੋਂ ਸਰ ਕੈਲੀਗ੍ਰਾਫੀ ਦੇ ਵਿੱਚ ਥੋੜ੍ਹਾ ਹੱਥ ਕੀਤਾ ਜਾ ਰਿਹਾ ਪੰਜਾਬੀ ਦੇ ਵਿੱਚ, ਪੰਜਾਬੀ ਮਾਂ ਬੋਲੀ ਦੇ ਵਿੱਚ ਮੈਂ ਆਪਣਾ ਪੂਰਾ ਹੱਥ ਜਿੱਦਾਂ ਟਾਈਪਿੰਗ ਕੀਤੀ ਹੁੰਦੀ ਹੈ ਇੱਦਾਂ ਕਰਕੇ ਮੈਂ ਲਿਖਦਾ ਹਾਂ ਔਰ ਕੈਲੀਗ੍ਰਾਫੀ ਦੇ ਵਿੱਚ ਨਾਮ ਲਿਖਦਾ ਹਾਂ। ਗੁਰਬਾਣੀ ਦੇ ਕੁਛ ਵਰਡ ਨੇ। ਅਸੀਂ ਮਿਸ਼ਨ ਸਹਿਯੋਗ ਔਰਗਨਾਈਜੇਸ਼ਨ ਦੀ ਟੀਮ ਹੈ ਜੀ, ਗੁਰਦੀਪ ਸਿੰਘ ਰਾਜਨ ਮੇਰਾ ਨਾਮ ਹੈ। ਇੱਥੇ ਅਸੀਂ ਵੈਸੇ ਅਸੀਂ ਸਮਾਜ ਸੇਵਾ ਦੇ ਕੰਮ ਕਰਦੇ ਰਹਿੰਦੇ ਹਾਂ ਜੀ। ਜਿੱਥੇ ਵੀ ਕਿਸੇ ਬੱਚੇ ਨੂੰ ਕੋਈ ਐਜੂਕੇਸ਼ਨ ਦੀ ਲੋੜ ਹੁੰਦੀ ਹੈ, ਕਿਸੇ ਜ਼ਰੂਰਤਮੰਦ ਨੂੰ ਕੋਈ ਰਾਸ਼ਨ ਦੀ ਲੋੜ ਹੈ ਜਾਂ ਦਵਾਈਆਂ ਦੀ ਲੋੜ ਹੈ ਜਾਂ ਸਮਾਜ 'ਚ ਕੋਈ ਵੀ ਹੋਰ ਕੰਮ ਹੈ ਜਿੱਥੇ ਕਿਸੇ ਨੂੰ ਸਹਿਯੋਗ ਦੀ ਲੋੜ ਆ ਜੀ, ਉੱਥੇ ਆ ਜਾਈਦਾ।
ਅੱਜ ਜਿਹੜੀ ਸਾਡੀ ਸਰਕਾਰ ਹੈ ਉਹਨੇ ਪ੍ਰਸ਼ਾਸਨ ਨੇ ਸਾਨੂੰ ਇੱਕ ਮੌਕਾ ਦਿੱਤਾ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਸਪੋਰਟ ਕਰਦੇ ਹਾਂ ਸਮਾਜ 'ਚ ਤਰੱਕੀ ਕਰਨ ਵਾਸਤੇ। ਤਾਂ ਅਸੀਂ ਅੱਜ ਉਸ ਮੌਕੇ ਦਾ ਫਾਇਦਾ ਉਠਾਉਂਦੇ ਹਾਂ ਆਪਣੇ ਨੌਜਵਾਨ ਆਰਟਿਸਟ ਦੇ ਨਾਲ। ਇੱਥੇ ਜਿਹੜੀ ਵਿਰਾਸਤੀ ਗਲੀ ਆ ਦਰਬਾਰ ਸਾਹਿਬ ਦੇ ਇਹ ਕੋਲ, ਉੱਥੇ ਅਸੀਂ ਆਏ ਹਾਂ ਜੀ। ਅੱਜ ਕੈਂਪ ਲੱਗਾ ਉੱਥੇ। ਮੈਂ ਅੱਜ ਰੰਗਲਾ ਪੰਜਾਬ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਅੱਜ ਇੱਥੇ ਮੈਂ ਫ੍ਰੀ ਸਕੈਚਿਸ ਬਣਾ ਰਹੀ ਹਾਂ ਲੋਕਾਂ ਦੇ। ਜਿਹੜੇ ਟੂਰਿਸਟ ਇੱਥੇ ਆ ਰਹੇ ਹੈ ਜਾ ਰਹੇ ਹੈ ਸਾਰੇ ਬਹੁਤ ਖੁਸ਼ ਨੇ ਦੇਖ ਕੇ। ਮੈਂ ਇਹੀ ਕਹਾਂਗੀ ਕਿ ਆਪਣਾ ਤੁਸੀਂ ਆਪਣਾ ਹੁਨਰ ਜਿਹੜਾ ਹੈਗਾ ਆ ਫੋਨਾਂ ਤੋਂ ਬਾਹਰ ਆ ਕੇ ਥੋੜ੍ਹਾ ਹੁਨਰ ਆਪਣਾ ਲੱਭਣ ਦੀ ਕੋਸ਼ਿਸ਼ ਕਰੋ, ਐਕਸਪਲੋਰ ਕਰੋ ਕਿ ਤੁਹਾਡੇ ਅੰਦਰ ਕੀ ਤੁਸੀਂ ਕਰ ਸਕਦੇ ਹੋ। ਰੰਗਲੇ ਪੰਜਾਬ ਪ੍ਰੋਗਰਾਮ ਦੇ ਤਹਿਤ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਵੱਖ ਵੱਖ ਪ੍ਰੋਗਰਾਮ ਕੀਤੇ ਜਾ ਰਹੇ ਹਨ ਸ਼ਹਿਰ ਵਿੱਚ। ਇਸੇ ਤਹਿਤ ਹੀ ਹੈਰੀਟੇਜ ਸਟਰੀਟ ਵਿਖੇ ਵੀ ਆਰਟਿਸਟਾਂ ਵੱਲੋਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਇਹਨਾਂ ਦੇ ਹੁਨਰ ਨੂੰ ਦੇਖਣ ਵਾਸਤੇ ਵੱਡੀ ਗਿਣਤੀ ਵਿੱਚ ਲੋਕ ਆ ਰਹੇ ਹਨ। ਅੰਮ੍ਰਿਤਸਰ ਫਾਸਟਵੇ ਖਬਰਨਾਮਾ ਲਈ ਰਕੇਸ਼ ਕੁਮਾਰ। ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਜੰਡਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ। 40 ਗ੍ਰਾਮ ਹੈਰੋਇਨ ਤੇ 2500 ਰੁਪਏ ਡਰੱਗ ਮਨੀ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਰਾਜਵੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਮਾਨਯੋਗ ਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਦੇ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਦੇ ਹਦਾਇਤਾਂ ਦੇ ਤੇ ਮੈਂ ਗਿਆ ਸੀ ਜੀ ਆਪਣਾ ਇਲਾਕਾ ਕਸਤੇ, ਠੀਕ ਹੈ ਜੀ, ਬਸ ਲਾਸ਼ ਘੜੇ ਪੁੱਛਾਂ ਅਤੇ ਉਹ ਮੋੜ ਜਾਣੀ ਆ ਹਸਪਤਾਲ। ਉੱਥੇ ਪੁੱਜੇ ਤੇ ਇਹ ਬੰਦਾ ਜਿਹੜਾ ਜੋਬਨ ਸਿੰਘ ਇਹ ਪੁਲਿਸ ਪਾਰਟੀ ਨੂੰ ਵੇਖ ਕੇ ਉੱਥੋਂ ਕੁਛ ਕਰਨ ਲੱਗਾ। ਰਾਤ ਦੀ ਗੱਲ ਹੈ ਜੀ, ਫਿਰ ਅਸੀਂ ਟਾਰਚਾਂ ਦੇ ਨਾਲ ਇਹਨੂੰ ਕਾਬੂ ਕੀਤਾ ਫਿਰ ਅਤੇ ਜ਼ਾਬਤੇ ਅਨੁਸਾਰ ਫਿਰ ਉਹ ਹੀਰੋਇਨ ਬਰਾਮਦ ਕੀਤੀ 40 ਗ੍ਰਾਮ ਐਂਡ 21 ਅਤੇ 27 ਏ ਐਨ ਡੀ ਪੀ ਸੈਕਟਰ ਇੱਕ ਗੱਲ ਬਣੀ ਫਰੀ ਗਈ 2500 ਰੁਪਏ ਦਾ। ਉਹ ਵੈਰੀਫਾਈ ਕਰ ਰਹੇ ਹਾਂ ਜੀ, ਅਜੇ ਰਾਤੀ ਫੜਿਆ ਹੁਣ ਕੋਰਟ 'ਚ ਪੇਸ਼ ਕਰਨ ਚੱਲੇ ਮਾਨਯੋਗ ਕੋਰਟ 'ਚ। ਉੱਥੋਂ ਫਿਰ ਰਿਮਾਂਡ ਹਾਸਲ ਕਰਕੇ ਇਹਨੂੰ ਪੁੱਛਾਂਗੇ ਵੀ ਕਿੱਥੋਂ ਲਿਆਉਂਦਾ ਜੀ ਹੋਰ ਕੌਣ। ਥਾਣਾ ਕਰਿੰਡਾ ਪੁਲਿਸ ਵੱਲੋਂ ਦੋ ਵੱਖ ਵੱਖ ਮਾਮਲਿਆਂ ਵਿੱਚ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 1000 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ। ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009300883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਰੰਗਲਾ ਪੰਜਾਬ ਰਣਜੀਤ ਐਵੀਨਿਊ ਵਿਖੇ ਆ ਰਹੀ ਦਿਵਿਆਂਗ ਲੋਕਾਂ ਨੂੰ ਮੁਸ਼ਕਿਲ, ਖਾਸ ਪ੍ਰਬੰਧਾਂ ਦੀ ਕੀਤੀ ਮੰਗ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। अपने बच्चों को नेचर का अनुभव और राइड्स का फन दीजिए। आइए कंपनी बाग में सबके मनपसंद फनलैंड में और मजे लीजिए बेशुमार राइड्स, बोटिंग, रेस्टोरेंट, हॉर्स राइडिंग, आर्टिफिशियल जू, डांस और बहुत सारी एक्साइटिंग एक्टिविटीज का। एंट्री सिर्फ 5 रुपए से शुरू।
fun land in your city, unlimited fun. तुझे देखा हुआ पागल पागल तुम्हारी बॉडी जैसे पारल पारल पासा जाने जा पन मेरी यामा लम्बे 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 हेड थ्रॉटल लेट मी मेक यू मूव ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਣਜੀਤ ਐਵੀਨਿਊ ਗਰਾਊਂਡ ਵਿਖੇ ਰੰਗਲਾ ਪੰਜਾਬ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੇਖਣ ਨੂੰ ਮਿਲਿਆ ਕਿ ਜੋ ਚੱਲਣ ਫਿਰਨ ਵਿੱਚ ਅਸਮਰੱਥ ਲੋਕ ਹਨ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਜੋ ਚੱਲਣ ਫਿਰਨ ਵਿੱਚ ਅਸਮਰੱਥ ਹਨ ਉਹਨਾਂ ਲੋਕਾਂ ਨੇ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਅਗਰ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਇੱਥੇ ਪ੍ਰਸ਼ਾਸਨ ਨੂੰ ਜਾਂ ਜੋ ਮੇਲੇ ਦੇ ਪ੍ਰਬੰਧਕ ਹਨ ਉਹਨਾਂ ਨੂੰ ਚੱਲਣ ਫਿਰਨ ਵਿੱਚ ਅਸਮਰੱਥ ਲੋਕਾਂ ਲਈ ਇੱਥੇ ਵੀਲਚੇਅਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਮੌਕੇ ਪਰਿਵਰਤਨ ਇੱਕ ਨਈ ਸੋਚ ਦੇ ਨੁਮਾਇੰਦਿਆਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਲਗਾਤਾਰ ਇਹੋ ਜਿਹੇ ਮੇਲੇ ਸ਼ਹਿਰ ਵਿੱਚ ਲੱਗ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਮੇਲਾ ਪ੍ਰਬੰਧਕਾਂ ਨੂੰ ਜੋ ਲੋਕ ਚੱਲਣ ਫਿਰਨ ਵਿੱਚ ਅਸਮਰੱਥ ਹਨ ਉਹਨਾਂ ਲਈ ਸੁਵਿਧਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਹ ਵੀ ਆਮ ਲੋਕਾਂ ਵਾਂਗ ਇਹਨਾਂ ਮੇਲਿਆਂ ਦਾ ਮਜ਼ਾ ਲੈ ਸਕਣ। ਅਸੀਂ ਅੱਜ ਰੰਗਲਾ ਪੰਜਾਬ ਵਿੱਚ ਆਏ ਹਾਂ ਤੇ ਆਉਣ ਤੇ ਸਾਨੂੰ ਸਭ ਤੋਂ ਪਹਿਲੇ ਦਿੱਕਤ ਦਾ ਸਾਹਮਣਾ ਇਹ ਕਰਨਾ ਪਿਆ ਕਿ ਸਾਡੀ ਐਂਟਰੀ ਜਿਹੜੀ ਉਹ ਸਾਨੂੰ ਨਹੀਂ ਦਿੱਤੀ ਗਈ ਕਿਉਂਕਿ ਲੈਕ ਆਫ ਅਵੇਅਰਨੈਸ ਸੀ। ਉਹ ਸਾਡੀ ਗੱਡੀਆਂ ਨੂੰ ਵੇਖ ਕੇ ਨੋਰਮਲ ਸਮਝਦੇ ਪਏ ਸੀ। ਅਸੀਂ ਉਹਨਾਂ ਨੂੰ ਵਾਰ ਵਾਰ ਰਿਕੁਐਸਟ ਕੀਤੀ, ਫਿਰ ਉਹ ਸਮਝੇ ਤੇ ਸਾਨੂੰ ਆਉਣ ਦਿੱਤਾ। ਤੇ ਅਸੀਂ ਇਸ ਇਵੈਂਟ ਦੇ ਜੋ ਪਲੈਨਰ ਨੇ ਉਹਨਾਂ ਨੂੰ ਇੱਕ ਰਿਕੁਐਸਟ ਕਰਨੀ ਆ, ਕੋਈ ਵੀ ਜਿਹੜੇ ਗੌਰਮੈਂਟ ਅਥਾਰਟੀ ਜਿਹਨਾਂ ਨੂੰ ਅਥਾਰਟੀ ਪ੍ਰੋਵਾਈਡ ਕਰਦੀ ਹੈ ਕਿ ਹੈਂਡੀਕੈਪਸ ਲਈ ਵੀਲਚੇਅਰ ਪ੍ਰੋਵਾਈਡ ਕੀਤੇ ਜਾਣ, ਇੱਕ ਅਟੈਂਡੈਂਟ ਪ੍ਰੋਵਾਈਡ ਕੀਤਾ ਜਾਵੇ ਜੋ ਕਿ ਇਸ ਮੇਲੇ ਦਾ ਆ ਕੇ ਲੁਤਫ ਉਠਾ ਸਕਣ। ਦੇਖੋ ਜੀ, ਇਹ ਪਾਸ ਤੇ ਅਸੀਂ VIP ਪਾਸ ਲਈ ਤੇ ਪਹਿਲੇ ਵੀ ਰਿਕੁਐਸਟ ਕਰ ਚੁੱਕੇ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਇਹ ਪਾਸ ਸਾਨੂੰ ਮੁਹੱਈਆ ਕਰਾਇਆ ਜਾਵੇ ਸਾਡੇ ਵਰਗੇ ਲੋਕਾਂ ਲਈ, ਤਾਂ ਕਿ ਸਾਡੇ ਆਉਣਾ ਜਾਣਾ ਜਿਹੜਾ ਆਸਾਨ ਹੋ ਜਾਵੇ। ਸਾਡੇ ਲਈ ਜਿਹੜੇ ਬੈਰੀਕੇਡਸ ਨੇ ਇਹ ਸਾਡੇ ਲਈ ਬਹੁਤ ਦਿੱਕਤਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ। ਮੈਂ ਆਪਣੇ ਮੋਡੀਫਾਈਡ ਬੁਲਟ 'ਚ ਹੈਗਾ ਸੀ ਆਪਣੀ ਫੈਮਿਲੀ ਦੇ ਨਾਲ। ਮੈਂ ਯੂਜਲੀ ਵੀਕਐਂਡ 'ਤੇ ਪਾਰਕਸ 'ਤੇ ਜਾਣਾ ਆਪਣੇ ਬੱਚੇ ਨੂੰ ਲੈ ਕੇ, ਪਰ ਮੈਂ ਦੇਖਿਆ ਕਿ ਮੇਲਾ ਹੈਗਾ ਅਤੇ ਮੇਰੇ ਮਹਿਲਾ ਚਲੋ ਬੱਚੇ ਨੂੰ ਇੱਥੇ ਲੈ ਕੇ ਆਇਆ ਜਾ ਸਕੇ, ਅਤੇ ਮੈਂ ਦੇਖਿਆ ਕਿ ਐਕਸੈਸੀਬਿਲਟੀ ਹੈਗੀ ਸੀ ਕਿ ਜਿਹੜੇ ਆ ਝੂਲੇ ਵਗੈਰਾ ਲੱਗੇ ਆ ਉੱਥੇ ਤੱਕ ਮੇਰੀ ਜਿਹੜੀ ਬੁਲਟ ਹੈਗੀ ਆ ਮੋਡੀਫਾਈਡ ਉਹ ਜਾ ਸਕਦੀ ਸੀ। ਅਤੇ ਮੈਂ ਇਹਨਾਂ ਨੂੰ ਜਿਹੜੇ ਪੁਲਿਸ ਔਫਿਸਰਸ ਡਿਊਟੀ 'ਤੇ ਗਏ ਸੀ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਕਿ ਮੈਨੂੰ ਜਾ ਲੈਣ ਦਿਓ ਅਤੇ ਮੈਂ ਉੱਥੇ ਜਾ ਕੇ ਉਹਨੂੰ ਐਕਸੈਸ ਕਰ ਸਕਦਾ ਅਤੇ ਜਿਹਦੇ ਨਾਲ ਮੈਂ ਆਪਣੇ ਬੱਚੇ ਔਰ ਪਰਿਵਾਰ ਦਾ ਧਿਆਨ ਵੀ ਰੱਖ ਪਾਵਾਂਗਾ। ਪਰ ਉਹਨਾਂ ਨੇ ਮੈਨੂੰ ਅਲਾਓ ਨਹੀਂ ਕੀਤਾ। ਉਹ ਕਹਿੰਦੇ ਕਿ ਸ਼ਾਇਦ ਕੱਲ੍ਹ ਕੁਛ ਚੋਰੀਆਂ ਵਗੈਰਾ ਹੋਈਆਂ ਸੀ ਇੱਥੇ ਜਿਹਦੇ ਕਾਰਨ ਥੋੜ੍ਹੀ ਜਿਹੀ ਸਟ੍ਰਿਕਨੈਸ ਵਧਾਈ ਹੋਈ ਹੈ ਅਤੇ ਉਹਨਾਂ ਨੇ ਮੈਨੂੰ ਅਲਾਓ ਨਹੀਂ ਕੀਤਾ। ਅਤੇ ਮੈਂ ਉਹਨਾਂ ਨੂੰ ਇਹ ਪੁੱਛਿਆ ਕਿ ਮੈਂ ਹੁਣ ਕਿੱਥੇ ਪਾਰਕ ਕਰਾਂ ਅਤੇ ਉਹਨਾਂ ਨੇ ਕਿਹਾ ਕਿ ਨੈਕਸਟ ਬਲੋਕ 'ਤੇ ਤੁਸੀਂ ਪਾਰਕ ਕਰ ਸਕਦੇ ਹੋ। ਅਤੇ ਨੈਕਸਟ ਕੁਸ਼ਚਨ ਮੇਰਾ ਸੀ ਜਦੋਂ ਮੈਂ ਪਾਰਕ 'ਤੇ ਮੈਂ ਕਰਦਾਂਗਾ ਤੁਸੀਂ ਮੈਨੂੰ ਇਹ ਦੱਸੋ ਕਿ ਮੇਰੀ ਕੰਡੀਸ਼ਨ ਹੈਗੀ ਹੈ, ਮੈਂ 500 meters ਜਾਂ ਇੰਨਾ ਕਿੱਦਾਂ ਤੁਰਾਂਗਾ। ਉਹਦਾ ਨਾ ਕੋਈ ਜਵਾਬ ਨਹੀਂ ਸੀ। ਮੈਨੂੰ ਇਹਨਾਂ ਦਾ ਕਾਲ ਆਇਆ ਕਿ ਇਸ ਤਰ੍ਹਾਂ ਇਹਨਾਂ ਨੂੰ ਥੋੜ੍ਹੀ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ, ਅਤੇ ਅਸੀਂ ਫਿਰ ਆਪਣੀ ਟੀਮ ਨਾਲ ਇੱਧਰ ਆਏ ਹਾਂ ਇਹਨਾਂ ਨੂੰ ਪੁੱਛਣ ਲਈ ਕਿ ਕੀ ਪ੍ਰੋਬਲਮ ਆਈ ਹੈ। ਅਤੇ ਇਹਨਾਂ ਨੇ ਕਿਹਾ ਕਿ ਕੁਛ ਵਜ੍ਹਾ ਨਾਲ ਇਹਨਾਂ ਨੂੰ ਅੰਦਰ ਜਾਣ ਦੀ ਪਰਮਿਸ਼ਨ ਹੀ ਦਿੱਤੀ ਗਈ।
ਅਤੇ ਫਿਰ ਅਸੀਂ ਇੱਥੇ ਆ ਕੇ ਗੱਲ ਕੀਤੀ। ਜਦ ਯੂਨਿਟੀ 'ਚ ਆਏ ਤਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਅੰਦਰ ਜਾਓ, ਅਤੇ ਉਹਦੇ ਲਈ ਅਸੀਂ ਬੜੇ ਥੈਂਕਫੁਲ ਹੈਗੇ ਹਾਂ। ਪੰਜਾਬ ਸਰਕਾਰ ਵੱਲੋਂ ਇੱਕ ਮੇਲੇ ਦਾ ਆਯੋਜਨ ਰਣਜੀਤ ਐਵਨਿਊ ਗਰਾਊਂਡ ਵਿਖੇ ਕੀਤਾ ਜਾ ਰਿਹਾ ਹੈ, ਰੰਗਲਾ ਪੰਜਾਬ। ਉੱਥੇ ਤਹਿਤ ਜਿਹੜੇ ਤੁਰਨ ਫਿਰਨ ਵਿੱਚ ਅਸਮਰਥ ਲੋਕ ਹਨ ਉਹ ਵੀ ਮੇਲੇ ਮੇਲਾ ਵੇਖਣ ਆਏ। ਪਹਿਲਾਂ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਗੇਟ ਉੱਪਰ ਹੀ ਰੋਕ ਲਿੱਤਾ ਜਾਂਦਾ ਅਤੇ ਅੱਗੇ ਆਉਣ ਨਹੀਂ ਦਿੱਤਾ ਜਾਂਦਾ। ਜਦੋਂ ਉਹਨਾਂ ਨੇ ਗੱਲਬਾਤ ਕੀਤੀ ਕਿ ਅਸੀਂ ਅਪਾਹਜ ਹਾਂ, ਅਸੀਂ ਤੁਰ ਨਹੀਂ ਫਿਰ ਸਕਦੇ, ਤਾਂ ਉਹਨਾਂ ਨੂੰ ਅੱਗੇ ਤਾਂ ਆਉਂਦੇ ਤਾਂ ਜਦੋਂ ਮੇਲੇ ਵਿੱਚ ਐਂਟਰ ਕਰ ਜਾਂਦੇ ਰਹੇ ਤਾਂ ਉੱਥੇ ਵੀਲਚੇਅਰ ਦੀ ਸੁਵਿਧਾ ਵੀ ਪ੍ਰਾਪਤ ਨਹੀਂ ਸੀ। ਇਸ ਮੌਕੇ ਗੱਲਬਾਤ ਕਰਦੇ ਹੋਇਆ ਜਿਹੜੇ ਲੋਕ ਚੱਲਣ ਫਿਰਨ ਵਿੱਚ ਅਸਮਰਥ ਸਨ ਉਹਨਾਂ ਨੇ ਆਖਿਆ ਕਿ ਅਗਰ ਮੇਲਾ ਦਾ ਆਯੋਜਨ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਤਾਂ ਇੱਥੇ ਵੀਲਚੇਅਰ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ। ਅੰਮ੍ਰਿਤਸਰ ਫਾਸਟਵੇ ਖਬਰਨਾਮਾ ਲਈ ਰਕੇਸ਼ ਕੁਮਾਰ। ਮੰਦਿਰ ਸ਼੍ਰੀ ਜੈ ਕ੍ਰਿਸ਼ਨ ਦਾ 57ਵਾਂ ਸਾਲਾਨਾ ਮਹੋਤਸਵ ਅਤੇ ਸੰਤ ਸੰਮੇਲਨ ਬਟਾਲਾ ਰੋਡ ਵਿਖੇ ਕਰਵਾਇਆ ਗਿਆ। ਇਸ ਮੌਕੇ ਦਰਸ਼ਨਾਚਾਰਿਆ ਸਾਗਰ ਮੁਨੀ ਸ਼ਾਸਤਰੀ ਸਤਾਰਕਰ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਕੌਂਸਲਰ ਵਿਕਾਸ ਸੋਨੀ ਨੇ ਵਿਸ਼ੇਸ਼ ਹਾਜ਼ਰੀ ਭਰੀ। ਸਾਬਕਾ ਕੌਂਸਲਰ ਸਰਬਜੀਤ ਸਿੰਘ ਲਾਟੀ, ਰਵੀ ਕਾਂਤ, ਸਾਬਕਾ ਵਿਧਾਇਕ ਸੁਨੀਲ ਦੱਤੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। हमारे मंदिर, प्राचीन मंदिर श्री जय कृष्णिया चौंक पासिया अमृतसर का 57वां वार्षिक महोत्सव जो कि 24 और 25 फरवरी को मनाया गया। 24 फरवरी का कार्यक्रम मंदिर के प्रांगण में ही मनाया गया और आज 25 तारीख का कार्यक्रम एएस फार्म के अंदर मनाया गया, जिसके अंदर बहुत सारा संत समाज ने अपनी उपस्थिति प्रदान की। जिला प्रशासन वालों एक ही छत हेठ लोगों को सहूलता देने के मकसद नाल सारे ही महकमिया वालों गुरु की वडाली विखे साबका कौंसलर ओम प्रकाश गब्बर की देखरेख हेठ कैंप लगाया गया, जिस विच सरकारी दस्तावेज समेत सेहत सहूलतां भी दित्तियां गईयां। जगतार सिंह मान, सेवा सिंह, मोती लाल, जोगिंदर सिंह, कुलदीप सिंह, दलजीत सिंह, रेशम सिंह समेत वड़ी गिनती विच इलाका वासी मौजूद सन। अज मेरी पीढ़ी के मालक श्री गुरु हरगोबिंद साहब जी की पवित्र नगरी गुरु की बडारी विखे एक विशेष कैंप लाया गया, जिदे विच सारा ही प्रशासन सारिया जिन्हिया ही सहूलत दिखाई उन्होंने सारे ही प्रशासन ने आके लोगों की देखरेख करते हैं। इधरले पासे अखां दा डॉक्टर ओम प्रकाश लांस रोड वालिया का अखा का कैंप लाया वा, जिहदे विच वाधू भीड़ आ, सारिया ही संगतां अखां चैक करवाउंदियां ने, अखां चैक कर रहे, ऐनकां भी देनियां। गब्बर जी तनदेही दे नाल सेवा कर रहे, अगे भी 5 साल कीती आ, परमेशर करे हुण भी दे आ, इहनां नूं परमेशर तंदरुस्ती बख्शे ते आउण वाले जिहड़े साडे कौंसलर होणे, क्योंकि ਹਰ ਜੀ ਦੇ ਨਾਲ ਇਹਨਾਂ ਦਾ ਪਿਆਰ ਆ। ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਅਧੀਨ ਪੈਂਦੇ ਪਿੰਡ ਸ਼ਰਲੀ ਖੁਰਦ ਦੇ ਨੌਜਵਾਨ ਜਗਦੀਪ ਸਿੰਘ, ਜੋ ਕਿ ਰੋਟੀ ਖਾਤਰ ਦੁਬਈ ਦੇਸ਼ ਦੇ ਸ਼ਹਿਰ ਸੋਨਾਪੁਰ ਦੀ ਇੱਕ ਕੰਪਨੀ ਵਿੱਚ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ, ਉਹ ਅਚਾਨਕ ਕਮਰੇ ਦੀ ਬਿਲਡਿੰਗ ਉੱਪਰੋਂ ਪੈਰ ਤਿਲਕਣ ਕਾਰਨ ਡਿੱਗ ਪਿਆ ਅਤੇ ਉਸਦੀਆਂ ਦੋਵੇਂ ਲੱਤਾਂ, ਬਾਹਾਂ ਅਤੇ ਚੂਲਾ ਟੁੱਟ ਗਿਆ ਅਤੇ ਸੋਨਾਪੁਰ ਦੇ ਹਸਪਤਾਲ ਵਿੱਚ ਉਹ ਜੇਰੇ ਇਲਾਜ ਹੈ। ਕੰਪਨੀ ਨੇ ਇਲਾਜ ਕਰਵਾਉਣ ਤੋਂ ਜਵਾਬ ਦੇ ਦਿੱਤਾ ਅਤੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਉਸ ਨੂੰ ਉਸਦੇ ਜੱਦੀ ਪਿੰਡ ਵਾਪਸ ਭੇਜਿਆ ਜਾਵੇ। ਅਤੇ ਇਹ ਜਗਦੀਪ ਸਿੰਘ ਮੇਰੇ ਚਾਚਾ ਜੀ ਦਾ ਬੇਟਾ, ਇਹ ਦੁਬਈ ਗਿਆ 5 ਮਹੀਨੇ ਪਹਿਲਾਂ, ਉੱਥੋਂ ਉੱਪਰੋਂ 7 ਤੋਂ ਡਿੱਗਣ ਨਾਲ ਇਹਦੀਆਂ ਲੱਤਾਂ ਦੋਵੇਂ ਟੁੱਟ ਗਈਆਂ ਅਤੇ ਚੂਲੇ 'ਤੇ ਵੀ ਸੱਟ ਲੱਗ ਗਈ ਆ, ਅਤੇ ਉਹਦਾ ਇੰਸ਼ੋਰੈਂਸ ਨਹੀਂ ਜੀ ਹੋਇਆ ਅਤੇ 45,000 ਡਰਾਮ ਹੌਸਪੀਟਲ ਵਾਲੇ ਮੰਗਦੇ ਆ,
ਘਰ ਦੀ ਹਾਲਤ ਤੁਸੀਂ ਵੇਖ ਲਈ, ਘਰ ਦੀ ਹਾਲਤ ਬਹੁਤ ਮਾੜੀ ਆ। ਇੰਨੇ ਪੈਸੇ ਦੇ ਨਹੀਂ ਜੋਗੇ, 45,000 ਦਰਾਮ ਭਰ ਨਹੀਂ ਸਕਦੇ। ਅਤੇ ਜੇ ਏਅਰਲਾਈਨ ਵਾਲਿਆਂ ਨੂੰ ਕਿਹਾ ਵੀ ਇਹਨੂੰ ਵਾਪਸ ਭੇਜ ਦਿਉ ਤਾਂ 25,000 ਦਰਾਮ ਉਹ ਖਰਚਾ ਦੱਸਦੇ ਆ, ਉਹ ਵੀ 5.5-6 ਲੱਖ ਰੁਪਈਆ ਖਰਚਾ ਆਉਂਦਾ ਵਾ। ਅਤੇ ਕਰਜ਼ਾ ਚੁੱਕ ਕੇ ਇਹਨਾਂ ਨੂੰ ਭੇਜਿਆ ਸੀ, ਅਤੇ ਇਹ ਬਹੁਤ ਪਰਿਵਾਰ ਗਰੀਬ ਆ। ਅਚਾਨਕ ਉਹ ਲੱਕੇ ਨੂੰ ਕੋਈ ਸੱਟਾਂ ਲੱਗ ਗਈਆਂ, ਲੱਤਾਂ ਲੱਤ ਵਿੱਚ ਉੱਥੇ ਚੂੜਾ ਵੀ ਟੁੱਟ ਗਿਆ, ਅਤੇ ਉਹ ਇੱਥੇ ਆ ਰਹੇ ਸਾ ਤਾਂ ਉੱਥੇ ਇਲਾਜ ਵੀ ਨਹੀਂ ਹੋ ਰਿਹਾ, ਉੱਦਾਂ ਹੀ ਪਿਆ ਵਾ ਹਸਪਤਾਲ ਦੇ ਵਿੱਚ। ਅਤੇ ਸਾਡੀ ਸਰਕਾਰ ਨੂੰ, ਸੈਂਟਰ ਸਰਕਾਰ ਨੂੰ ਅਤੇ ਦੁਬਈ ਸਰਕਾਰ ਨੂੰ ਬਿਹੋ ਬੇਨਤੀ ਆ ਕਿ ਉਹ ਨਹੀਂ ਇਲਾਜ ਨਹੀਂ ਕਰਾ ਸਕਦੇ ਤਾਂ ਬੱਚੇ ਨੂੰ ਇੱਥੇ ਸਾਡੇ ਘਰ ਇੱਥੇ ਜਿਹਦੇ ਘਰ ਹੀ ਭੇਜ ਦੇਣ, ਚਲੋ ਆਪੇ ਫੜ ਫੜ ਕੇ ਕੋਈ ਔਖੇ ਸੌਖੇ ਹੋ ਗਏ ਇਲਾਜ ਦਾ ਕਰਾਉਣਗੇ। ਸ਼੍ਰੀ ਗੁਰੂ ਰਵਿਦਾਸ ਮੰਦਿਰ ਹੈੱਡ ਆਫਿਸ ਭੂਸ਼ਨਪੁਰਾ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਲੱਗ ਅਲੱਗ ਪ੍ਰਕਾਰ ਦੇ ਲੰਗਰ ਲਗਾਏ ਗਏ। ਇਸ ਮੌਕੇ 'ਤੇ ਰਾਮਪਾਲ, ਵਿਪਿਨ ਕੁਮਾਰ, ਹੈਪੀ ਦੇਵ, ਰਕੇਸ਼ ਲਾਲ, ਹਰਸ਼ ਹਰੀ, ਕੁਨਾਲ ਅਰੁਣ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਂਸੀ ਭਰੀ। ਮੇਰੇ ਵੱਲੋਂ ਸ਼੍ਰੀ ਗੁਰੂ ਰਵਿਦਾਸ ਮੰਦਿਰ ਹੈੱਡ ਆਫਿਸ ਭੂਸ਼ਨਪੁਰਾ ਵੱਲੋਂ, ਜੋ ਕਿ ਸਾਰੇ ਦੇਸ਼ ਵਾਸੀਆਂ ਨੂੰ, ਵਿਦੇਸ਼ਾਂ ਵਿਦੇਸ਼ਾਂ 'ਚ ਬੈਠੇ ਹੋਏ ਨੂੰ ਲੱਖ ਲੱਖ ਵਧਾਈ ਹੋਵੇ, ਜੋ ਕਿ ਸਾਡੇ ਹੀ ਸਮਾਜ ਦੇ ਬੱਚਿਆਂ ਨੇ ਆਪਣੀ ਪਾਕਟ ਦੇ ਵਿੱਚੋਂ ਆਪ 'ਚ ਰਲ ਮਿਲ ਕੇ ਜੋ ਕਿ ਲੰਗਰ ਲਗਾ ਰਹੇ ਨੇ। 3 ਦਿਨ ਤੋਂ ਹੋ ਗਏ ਜੋ ਲੰਗਰ ਲੱਗੇ ਹੋਏ ਨੇ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਕਾਸ਼ ਪੁਰਬ ਪੂਰੀ ਦੁਨੀਆ ਕੀ ਪੂਰੇ ਆਲ ਵਰਲਡ ਦੇ ਵਿੱਚ ਬੜੀ ਧੂਮਧਾਮ ਅਤੇ ਸ਼ਰਧਾ ਦੇ ਨਾਲ ਮਨਾਇਆ ਗਿਆ ਹੈ ਜੀ। ਅਤੇ ਉਸ ਸੰਬੰਧ ਦੇ ਵਿੱਚ ਪੂਰੀ ਸੰਗਤਾਂ ਨੇ ਥਾਂ ਥਾਂ 'ਤੇ ਲੰਗਰ ਲਗਾ ਕੇ ਇਸ ਸ਼ੁਭ ਦਿਨ ਨੂੰ ਬਹੁਤ ਹੀ ਵਧੀਆ ਤਰ੍ਹਾਂ ਮਨਾਇਆ ਗਿਆ। ਸ਼੍ਰੀ ਹਨੂੰਮਾਨ ਸੇਵਾ ਪਰਿਵਾਰ ਕਮੇਟੀ ਵੱਲੋਂ ਗੁਰੂ ਮਾਤਾ ਨਿਰਮਲਾ ਦੇਵੀ ਜੀ ਦੀ ਅਗਵਾਈ ਹੇ ਸ਼੍ਰੀ ਹਨੂੰਮਾਨ ਮਹੋਤਸਵ ਆਯੋਜਿਤ ਕੀਤਾ ਗਿਆ। ਇਸ ਮੌਕੇ ਅਤੁਲ ਖੰਨਾ, ਪੁਨੀਤ ਕਪੂਰ, ਜਗਮੋਹਨ ਮੱਕੜ, ਸੁਰਿੰਦਰ ਮੱਕੜ, ਰਾਜੇਸ਼ ਲਾਂਭਾ, ਸੁਮਿਤ ਲਾਂਭਾ, ਕਾਰਤਿਕ ਮਲਹੋਤਰਾ, ਮਾਨਵ ਅਰੋੜਾ ਸਮੇਤ ਕਈ ਲੋਕ ਮੌਜੂਦ ਸਨ। ਮਜੀਠਾ ਰੋਡ ਵੱਲੋਂ ਗੁੰਮ ਹੋਈ ਇੱਕ ਬੱਚੀ ਨੂੰ 1 ਘੰਟੇ ਦੇ ਅੰਦਰ ਪਾਲ ਕਰਕੇ ਉਸਦੇ ਵਾਰਸਾਂ ਦੇ ਹਵਾਲੇ ਕੀਤਾ। ASI ਸਵਿੰਦਰ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ। ਵਿਕਾਸ ਨਗਰ ਖੰਡਵਾਲਾ ਵਿਖੇ ਭਗਵਤੀ ਜਾਗਰਣ ਭਾਰਦਵਾਜ ਪਰਿਵਾਰ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਆਲ ਇੰਡੀਆ ਪੰਜਾਬ ਰੇੜੀ ਫੜੀ ਯੂਨੀਅਨ ਦੇ ਪ੍ਰਧਾਨ ਡਾਕਟਰ ਇੰਦਰਪਾਲ ਵੀ ਪਹੁੰਚੇ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਿੱਕੀ ਖੱਤਰੀ, ਅਮਨ ਭਨੋਟ, ਅੰਗਰੇਜ਼ ਸਿੰਘ ਢਿੱਲੋਂ, ਅੰਸ਼ ਢਿੱਲੋਂ, ਅਨਿਕੇਤ ਉੱਪਲ, ਵਿਲਾਸ ਭਾਰਦਵਾਜ, ਆਰਿਅਨ ਭਨੋਟ ਅਤੇ ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਨੇ ਹਾਜ਼ਰੀ ਲਗਵਾਈ। ਸੋਲਵਾਂ ਸਵਰਗਵਾਸੀ ਮਾਸਟਰ ਮਹਿੰਦਰ ਸਿੰਘ ਯਾਦਗਾਰੀ ਮੀਆਂਵਿੜ ਤਰਨ ਤਾਰਨ ਵਿਖੇ ਕਬੱਡੀ ਕੈਂਪ, ਓਪਨ ਅਖਾੜਾ, ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਸਾਰੇ ਸੰਤ ਮਹਾਂਪੁਰਸ਼ਾਂ ਨੇ ਸ਼ਮੂਲੀਅਤ ਕੀਤੀ। ਪਰਮ ਸੰਤ ਅਦਵੈਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ, ਮਹੰਤ ਛੋਟੂ ਨਾਥ, ਮਹੰਤ ਸ਼ਕਤੀਨਾਥ, ਮਹੰਤ ਰਾਜਨਾਥ, ਸਵਾਮੀ ਸੋਮਨਾਥ, ਸੁਮਿਤ ਸ਼ਾਸਤਰੀ, ਸ਼੍ਰੀਮਤੀ ਮੈਡਮ ਸੁਰਭੀ ਵਰਮਾ, ਸੋਹਨ ਲਾਲ, ਮੋਹਨ ਲਾਲ, ਦਵਿੰਦਰ ਬਿੱਲੂ ਸਮੇਤ ਕਈ ਮੈਂਬਰ ਮੌਜੂਦ ਸਨ। ਸ਼੍ਰੀ ਦੁਰਗਿਆਨਾ ਤੀਰਥ ਦੇ ਗੋਸਵਾਮੀ ਤੁਲਸੀਦਾਸ ਮੰਦਿਰ ਵਿਖੇ ਸ਼੍ਰੀ ਰਾਮ ਕਥਾ ਗਿਆਨ ਯੱਗ ਦਾ ਆਯੋਜਨ 25 ਫਰਵਰੀ ਤੋਂ 4 ਮਾਰਚ ਸ਼ਾਮ 5 ਵਜੇ ਤੋਂ 7 ਵਜੇ ਤੱਕ ਹੋਵੇਗਾ।
ਅਤੇ ਹਵਨ ਯੱਗ ਅਤੇ ਭੰਡਾਰਾ ਹੋਵੇਗਾ। 5 ਮਾਰਚ ਨੂੰ ਸੰਤ ਰਾਮ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਹੋਣਗੇ। ਕੀਰਤੀ ਕਿਸਾਨ ਯੂਨੀਅਨ ਪੰਜਾਬ ਮਜੀਠਾ ਸਰਕਲ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਪਿੰਡ ਨਾਗ ਕਲਾਂ ਵਿਖੇ ਸਾਂਝੇ ਤੌਰ 'ਤੇ ਕੇਂਦਰ ਅਤੇ ਹਰਿਆਣਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਨਾਗ ਕਲਾਂ, ਰਣਧੀਰ ਸਿੰਘ, ਜਸਪਾਲ ਸਿੰਘ, ਰਾਜ ਸਿੰਘ, ਮੁਖਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਮੌਜੂਦ ਸਨ। ਬੇਸਹਾਰਾ ਗਰੀਬ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਪਿਛਲੇ ਤਕਰੀਬਨ 27 ਸਾਲਾਂ ਤੋਂ ਯਤਨਸ਼ੀਲ ਭਾਈ ਕਨਈਆ ਜੀ ਮਿਸ਼ਨ ਸੁਸਾਇਟੀ ਅੰਮ੍ਰਿਤਸਰ ਦਾ ਜਨਰਲ ਇਜਲਾਸ ਭਾਈ ਮਨਜੀਤ ਸਿੰਘ ਦੀ ਅਗਵਾਈ ਹੇਠ ਹੋਇਆ, ਜਿਸ ਵਿੱਚ ਅਗਲੇ 2 ਸਾਲਾਂ 2024 ਤੋਂ 2026 ਦੀ ਸਾਲਾਨਾ ਚੋਣ ਸਰਬਸੰਮਤੀ ਨਾਲ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਹੋਈ। ਚੋਣ ਇਜਲਾਸ ਵਿੱਚ ਸੁਸਾਇਟੀ ਦੇ ਲਗਭਗ 34 ਮੈਂਬਰਾਂ ਨੇ ਹਿੱਸਾ ਲਿਆ। ਚੁਣੇ ਗਏ ਮੈਂਬਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸੁਸਾਇਟੀ ਦੇ ਸਾਬਕਾ ਪ੍ਰਧਾਨ ਜਸਬੀਰ ਸਿੰਘ ਸੇਠੀ ਵੱਲੋਂ ਸਰਦਾਰ ਇੰਦਰਜੀਤ ਸਿੰਘ ਅਤੇ ਸਰਦਾਰ ਸੁਰਿੰਦਰ ਸਿੰਘ ਦੀ ਸਦੀਵੀ ਵਿਛੋੜਾ ਦੇਣ ਕਾਰਨ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ। ਵਿਜੀਲੈਂਸ ਬਿਊਰੋ ਵੱਲੋਂ 2 ਵਿਅਕਤੀਆਂ ਨੂੰ ਰਿਸ਼ਵਤ ਲੈਂਦੇ ਕੀਤਾ ਗ੍ਰਿਫਤਾਰ। ਘੱਟ ਗਿਣਤੀ ਕਮਿਸ਼ਨ ਦੇ ਆਗੂ ਤੇ ਹੋਇਆ ਜਾਨਲੇਵਾ ਹਮਲਾ, ਪੁਲਿਸ ਕਰ ਰਹੀ ਹੈ ਜਾਂਚ। ਸ਼੍ਰੀ ਹਨੂੰਮਾਨ ਚਾਲੀਸਾ ਪਰਿਵਾਰ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤੀ ਸ਼ਿਰਕਤ। ਇਹ ਸਨ ਅੱਜ ਦੀਆਂ ਖ਼ਬਰਾਂ, ਅਸੀਂ ਅਗਲੇ ਬੁਲੇਟਿਨ ਵਿੱਚ ਫਿਰ ਮਿਲਾਂਗੇ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।